ਸ਼ੌਕ ਲੱਗ ਗਿਆ ਸੀਗਾ ਇੱਕ ਤਰੀਕੇ ਦਾ ਕਿ ਹਾਂ $900 ਚਲੇ ਗਏ, ਕਿ ਇੰਨਾ ਮਹਿੰਗਾ ਦੇਸ਼ ਇਹ, ਟਕਾ ਵੀ ਨਹੀਂ ਕਮਾ ਕੇ ਗਿਆ ਉੱਥੋਂ, ਸਾਰਾ ਕੁਝ ਲੁਟਾ ਕੇ ਆਇਆ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੋਗੜ ਘਰਾਣਾ ਜੈੱਟ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਕਮਲਜੋਤ ਸਿੰਘ ਤੋਗੜ। ਅੱਜ ਜਿਸ ਟੌਪਿਕ 'ਤੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਉਹ ਮੇਰਾ ਸਟਰਗਲ ਟਾਈਮ ਨਿਊਜ਼ੀਲੈਂਡ ਦੇ ਵਿੱਚ ਮੈਂ ਕਿੱਦਾਂ ਕੱਢਿਆ। ਸੰਨ 2012 ਜਦੋਂ ਮੈਂ ਨਿਊਜ਼ੀਲੈਂਡ ਦੀ ਧਰਤੀ ਉੱਤੇ ਪੈਰ ਰੱਖਿਆ, ਪੈਰ ਰੱਖਦੇ ਹੀ ਦੋ ਤਿੰਨ ਗੱਲਾਂ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਗਈਆਂ ਸੀਗੀਆਂ ਕਿ ਇੱਥੇ ਕਰਕੇ ਖਾਣਾ ਪੈਣਾ, ਬੇਬੇ ਬਾਪੂ ਵਾਂਗੂ ਕਿਸੇ ਨੇ ਘਰੇ ਰੋਟੀ ਨਹੀਂ ਫੜਾਉਣੀ। ਜ਼ਿੰਦਗੀ ਨੇ ਪਹਿਲੀ ਚਪੇੜ ਉੱਥੇ ਮਾਰੀ ਜਦੋਂ ਤੁਸੀਂ $1,000 ਲੈ ਕੇ ਆਏ ਹੋਵੇ ਅਤੇ ਤੁਹਾਡੇ $900 ਤੁਹਾਨੂੰ ਅਕੋਮੋਡੇਸ਼ਨ ਵਾਲਾ ਲੈ ਲਵੇ। ਉਸ ਤੋਂ ਬਾਅਦ $500 ਦੀ ਮੇਰੇ ਖਿਆਲ 'ਤੇ ਮੈਂ ਇੱਕ ਜੈਮ ਅਤੇ ਬ੍ਰੈਡ ਚੱਕੀ ਹੋਣੀ ਰਾਤ ਨੂੰ ਖਾਣ ਲਈ, ਕਿਉਂਕਿ ਸ਼ੌਕ ਲੱਗ ਗਿਆ ਸੀਗਾ ਇੱਕ ਤਰੀਕੇ ਦਾ ਕਿ ਹਾਂ $900 ਚਲੇ ਗਏ, ਕਿ ਇੰਨਾ ਮਹਿੰਗਾ ਦੇਸ਼ ਇਹ। ਜੋਬ ਲੱਭਣੀ ਸਟਾਰਟ ਕਰੀ ਅਗਲੇ ਦਿਨ, ਪਰਮਾਤਮਾ ਦੀ ਕਿਰਪਾ ਦੇ ਨਾਲ ਜੋਬ ਜਲਦੀ ਮਿਲ ਗਈ। ਅਤੇ ਜੋਬ ਮਿਲਣ ਤੋਂ ਬਾਅਦ ਮੇਰਾ ਜਿਹੜਾ ਅਸਲੀ ਸਟਰਗਲ ਟਾਈਮ ਸਟਾਰਟ ਹੁੰਦਾ ਉਹ ਮੇਰੀ ਸਟੱਡੀ ਤੋਂ ਬਾਅਦ ਦਾ ਹੁੰਦਾ। ਜਦੋਂ ਤੁਸੀਂ ਇੱਕ ਆਮ ਸਟੂਡੈਂਟ ਬੰਦਾ ਜਦੋਂ ਫੁੱਲ ਟਾਈਮ ਵਰਕ ਪਰਮਿਟ ਦੀ ਉਡੀਕ ਕਰਦਾ ਕਿ ਹਾਂ ਮੈਨੂੰ 4 ਪੈਸੇ ਆਉਂਗੇ, ਮੈਂ ਘਰੇ ਭੇਜੂੰਗਾ, ਜਾਂ ਜਿਹੜੇ ਬੱਚੇ ਮਤਲਬ ਲੋਨ ਲੈ ਕੇ ਆਏ ਹੁੰਦੇ ਆ, ਕਰਜ਼ਾ ਚੱਕਿਆ ਹੁੰਦਾ ਕਈਆਂ ਦੇ ਮਾਂ ਬਾਪਾਂ ਨੇ, ਅਤੇ ਉਹ ਅਸੀਂ ਮੋੜਾਂਗੇ। ਹਰ ਕੋਈ ਸਟੂਡੈਂਟ ਬੱਚਾ ਉਹ ਇਹ ਟਾਈਮ ਦੀ ਬਿਲਕੁਲ ਉਡੀਕ ਕਰਦਾ ਕਿ ਜਦੋਂ ਵਰਕ ਪਰਮਿਟ ਫੁੱਲ ਟਾਈਮ ਆਊਗਾ ਮੈਂ 4 ਪੈਸੇ ਕਮਾ ਕੇ ਫਿਰ ਮੈਂ ਆਪਣੇ ਮਾਂ ਬਾਪਾਂ ਨੂੰ ਬਾਹਰ ਜਿਹੜੇ ਆਪਣੇ ਇੰਡੀਆ ਦੇ ਵਿੱਚ ਉੱਥੇ ਸੈਂਡ ਕਰੂੰਗਾ ਜਿੱਥੇ ਪਹਿਲੀ ਜੋਬ 'ਤੇ ਮੈਂ ਕੰਮ ਕਰਿਆ। ਕੁਛ ਸਰਕਮਸਟਾਂਸਿਸ ਇੱਦਾਂ ਦੇ ਬਣ ਗਏ ਕਿ ਮੈਨੂੰ ਉਹ ਜੋਬ ਛੱਡਣੀ ਪਈ। ਮੈਂ ਇਸ ਮੌਕੇ ਵਾਸਤੇ ਇੱਕ ਕਹਾਵਤ ਯਾਦ ਆਉਂਦੀ ਹੈ ਕਿ ਮੂੰਹ ਦੇ ਮਿੱਠੇ ਮਨ ਦੇ ਕਾਲੇ। ਬਹੁਤ ਵਧੀਆ ਕੰਮ ਕਰਿਆ, ਚੰਗਾ ਕੰਮ ਕਰਿਆ, ਮਿਹਨਤ ਨਾਲ ਕਰਿਆ, ਜੋ ਮਾਂ ਬਾਪਾਂ ਨੇ ਚੰਗੀ ਸਿੱਖਿਆ ਸਾਨੂੰ ਦਿੱਤੀ ਸੀ ਕਿ ਮਿਹਨਤ ਨਾਲ ਕਰਨੀ ਹੈ, ਦਸਾਂ ਨੌਹਾਂ ਦੀ ਕਿਰਤ ਕਰਨੀ ਹੈ, ਉਹ ਪ੍ਰਿੰਸੀਪਲ ਲੈ ਕੇ ਮੈਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਂਦਾ ਰਿਹਾ। ਬਹੁਤ ਟਫ ਟਾਈਮ ਸੀਗਾ ਉਹ ਟਾਈਮ, ਕਿਉਂਕਿ ਤੁਸੀਂ ਜਦੋਂ ਇੱਕ ਹੀ ਚੀਜ਼ ਦੀ ਆਸ ਹੁੰਦੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਪੱਕਾ ਹੋ ਜਾਈਏ। ਇੰਡੀਆ 'ਚ ਬੈਠੇ ਲੋਕਾਂ ਨੂੰ ਬਹੁਤ ਲੱਗਦਾ ਹੁੰਦਾ ਸੀਗਾ ਕਿ ਹਾਂ ਮੁੰਡਾ ਬਾਹਰ ਗਿਆ ਹੋਇਆ, ਕਿ 4 ਪੈਸੇ 4 ਚੰਗੇ ਪੈਸੇ ਇਹਨਾਂ ਕੋਲ ਹੋਣਗੇ, ਬਟ ਮੈਂ ਜਾਣਦਾ, ਮੇਰਾ ਪਰਮਾਤਮਾ ਜਾਣਦਾ, ਉਸ ਟਾਈਮ ਮੈਂ ਮਤਲਬ ਇੱਕ ਵੀ ਪੈਸਾ ਆਪਣੇ ਘਰਦਿਆਂ ਨੂੰ ਨਹੀਂ ਸੈਂਡ ਕਰਿਆ, ਕਿਉਂਕਿ ਉਹ ਮੈਨੂੰ ਇਹ ਗੱਲ ਕਹਿੰਦੇ ਸੀ ਤੂੰ ਆਪਣੀ ਲਾਈਫ 'ਤੇ ਲਾ ਇੱਥੇ ਕਿ ਆਪਣੇ ਹਿਸਾਬ ਦੇ ਨਾਲ ਕਵਰ ਅਪ ਕਰ। ਪਰ ਮੈਂ ਕਵਰ ਅਪ ਤਾਂ ਕਰਦਾ ਜੀ ਮੇਰੇ ਕੋਲ 4 ਪੈਸੇ ਹੁੰਦੇ। 4 ਪੈਸੇ ਤਾਂ ਹੁੰਦੇ ਆ ਬੰਦੇ ਕੋਲ ਜਦੋਂ ਬੰਦਾ 4 ਪੈਸੇ ਚੰਗੇ ਜੋੜਦਾ ਹੋਵੇ। ਚਲੋ ਲੋਕਾਂ ਨੇ ਬਹੁਤ ਚੰਗੇ ਤਰੀਕੇ ਨਾਲ ਚੰਮ ਤਾਰਿਆ, ਆਪਣਿਆਂ ਨਹੀਂ ਤਾਰਿਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਿਉਂਕਿ ਇਹ ਚੀਜ਼ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ। ਜਦੋਂ ਤੁਸੀਂ ਮਜਬੂਰ ਹੁੰਦੇ ਆ, ਜਦੋਂ ਤੁਸੀਂ ਆਪਣੀ ਮਿਹਨਤ ਨੂੰ ਅੱਗੇ ਸਕਸੈਸ ਕਰਨਾ ਚਾਹੁੰਦੇ ਤਾਂ ਤੁਹਾਡੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ। ਅਤੇ ਕੌੜਾ ਸੱਚ ਹੈ ਇਹ, ਸਾਡੇ ਅੱਜ ਦੇ ਟਾਈਮ ਦੇ ਵਿੱਚ ਸਾਡੇ ਆਪਣੇ ਆਪਣਿਆਂ ਦੀ ਹੀ ਲੱਤਾਂ ਖਿੱਚਦੇ ਆ ਅਤੇ ਆਪਣੇ ਆਪਣਿਆਂ ਨੂੰ ਵੀ ਫੜਦੇ ਆ, ਬਹੁਤਿਆਂ ਦੀ ਤਦਾਦ ਜਿਹੜੀ ਉਹ ਲੱਤਾਂ ਖਿੱਚਣ ਦੇ ਆ। ਕੰਮ ਕਰਿਆ, ਕੰਮ ਕਰਨ ਤੋਂ ਬਾਅਦ ਜ਼ਿੰਦਗੀ ਨੇ ਔਖੇ ਪਲ ਦਿਖਾਏ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਬੰਦਾ ਆਪਣਿਆਂ 'ਤੇ ਉਮੀਦਾਂ ਕੁਝ ਜ਼ਿਆਦਾ ਲਾ ਬੈਠਦਾ ਤਾਂ ਉਹ ਫਿਰ ਛਿੱਲ ਤਾਰਦੇ ਆ ਤੁਹਾਡੀ ਚੰਗੇ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਇਹ ਪਤਾ ਹੁੰਦਾ ਕਿ ਇਹ ਬੰਦਾ ਇਹਨੂੰ ਜੋ ਚੀਜ਼ ਚਾਹੀਦੀ ਆ ਉਹ ਅਸੀਂ ਦੇਣੀ ਨਹੀਂ, ਪਰ ਇਹਦਾ ਯੂਜ਼ ਚੰਗੇ ਤਰੀਕੇ ਨਾਲ ਕਰਨਾ। ਭੋਲਾਪਣ, ਇਮਾਨਦਾਰੀ ਅਤੇ ਜਦੋਂ ਓਨੈਸਟੀ ਨਾਲ ਤੁਸੀਂ ਕਦੇ ਕਿਸੇ ਦੇ ਨਾਲ ਸਾਥ ਦਿੰਦੇ ਆ ਤਾਂ ਅੱਜ ਦਾ ਟਾਈਮ ਉਹ ਨਹੀਂ ਹੈ ਕਿ ਤੁਹਾਡਾ ਕੋਈ ਕਦਰ ਕਰੂਗਾ। ਆਏ ਪੈਸਾ ਗਵਾਇਆ, ਸਮਾਂ ਗਵਾਇਆ, ਗਵਾਉਣ ਤੋਂ ਬਾਅਦ ਕਿਸੇ ਨੇ ਬਾਂਹ ਨਹੀਂ ਫੜੀ ਐਕਸੈਪਟ ਉਹ ਪਰਮਾਤਮਾ ਦੇ। ਅਤੇ ਦੂਜੀ ਗੱਲ, ਹੌਂਸਲਾ ਸੀਗਾ ਆਪਣੇ ਮਾਂ ਬਾਪਾਂ ਦਾ, ਹੌਂਸਲਾ ਸੀਗਾ ਜੋ ਚੰਗੀ ਕਿਰਤ ਕਰ ਰਿਹਾ ਸੀਗਾ, ਹੱਕ ਸੱਚ ਦੀ ਕਰ ਰਿਹਾ ਸੀਗਾ ਉਹਦੇ 'ਤੇ। ਬਹੁਤ ਲੋਕਾਂ ਨੇ ਯੂਜ਼ ਕਰਿਆ, ਬਹੁਤ ਲੋਕਾਂ ਨੇ ਜਿਨ੍ਹਾਂ ਦੀ ਹੈਲਪ ਕਰੀ, ਜਿਨ੍ਹਾਂ ਨੂੰ ਹਰ ਇੱਕ ਚੀਜ਼ ਆਪਣੀ ਜ਼ਿੰਦਗੀ ਦਾ ਭੇਤ ਦਿੱਤਾ, ਮੈਂ ਉਹਨਾਂ ਨੇ ਬਾਅਦ 'ਚ ਮੇਰੀ ਪਿੱਠ ਦੇ ਵਿੱਚ ਛੁਰੇ ਖੋਪੇ। ਟਕਾ ਵੀ ਨਹੀਂ ਕਮਾ ਕੇ ਗਿਆ ਉੱਥੋਂ, ਸਾਰਾ ਕੁਛ ਲੁਟਾ ਕੇ ਆਇਆ। ਜੋ ਥੋੜ੍ਹੇ ਬਹੁਤੇ ਮੈਂ ਪੈਸੇ ਆਪਣੇ ਔਖੇ ਟਾਈਮ ਲਈ ਜੋੜੇ ਸੀਗੇ ਉਹ ਦੂਜੀ ਜੋਬ ਦੇ ਲੱਭਣ ਦੀ ਭਾਲ ਦੇ ਵਿੱਚ ਮੈਂ ਸਪੈਂਡ ਕਰ ਬੈਠਾ।
ਜਿਵੇਂ ਮੈਂ ਜੋਬ ਲੱਭਣ ਜਾਇਆ ਕਰਦਾ ਸੀਗਾ ਨਿਊਜ਼ੀਲੈਂਡ ਦੇ ਹਰ ਇੱਕ ਸ਼ਹਿਰ ਦੇ ਵਿੱਚ, ਤਾਂ ਉੱਥੇ ਮੇਰੇ ਖਰਚਾ ਹੁੰਦਾ ਸੀਗਾ ਜਾਣ ਆਉਣ ਦਾ, ਖਾਣ ਪੀਣ ਦਾ। ਸੋ ਮੇਰੇ ਜਿਹੜੇ ਥੋੜ੍ਹੇ ਬਹੁਤੇ ਚਾਰ ਪੈਸੇ ਜੁੜੇ ਹੋਏ ਸੀਗੇ ਉਹਦੇ ਵਿੱਚ ਉਹ ਲੱਗ ਗਏ। ਜਿੱਥੇ ਅੱਗੇ ਜੋਬ ਮਿਲੀ, ਉਹ ਜੋਬ ਮਿਲੀ ਆ ਮੈਨੂੰ ਮੇਰੇ ਇੱਕ ਯਾਰ ਦੋਸਤ ਦੀ ਬਦੌਲਤ। ਪਰ ਜਿੱਥੇ ਅੱਗੇ ਗਿਆ ਉੱਥੇ ਜ਼ਿੰਦਗੀ ਦੇ ਹੋਰ ਵੀ ਔਖੇ ਪਲ ਜਿਹੜੇ ਦੇਖਣੇ ਉਹ ਬਾਕੀ ਸੀਗੇ ਹਜੇ। ਸਭ ਤੋਂ ਪਹਿਲੀ ਗੱਲ, ਤੁਹਾਡੇ ਕੋਲ ਪੈਸਾ ਨਹੀਂ, ਕਿਉਂਕਿ ਜਿਹੜਾ ਪੈਸਾ ਮੈਂ ਬਚਾ ਕੇ ਰੱਖਿਆ ਸੀਗਾ ਉਹ ਮੈਂ ਜੋਬ ਕਦੀ ਇੱਥੋਂ ਔਕਲੈਂਡ ਜਾਣਾ, ਔਕਲੈਂਡ ਤੋਂ ਫਿਰ ਕਿਤੇ ਹਮਿਲਟਨ ਜਾਣਾ, ਫਿਰ ਖਾਣਾ ਪੀਣਾ ਉੱਥੇ, ਸਾਰਾ ਦਿਨ ਉੱਥੇ ਕੱਢਣਾ, ਇੱਦਾਂ ਇੱਦਾਂ ਕਰਕੇ ਮੇਰਾ ਸਾਰਾ ਪੈਸਾ ਉਹ ਲੱਗ ਗਿਆ। ਦੂਜੀ ਜੋਬ ਮਿਲਦੀ ਸਾਰ ਹੀ ਮੇਰੇ 'ਤੇ ਦੁੱਖਾਂ ਨੇ ਇੱਕ ਵਾਰੀ ਫੇਰ ਘੇਰਾ ਪਾਇਆ। ਪੈਂਦੀ ਸੱਟੇ ਹੀ ਮੇਰੀ ਜੋ ਗੱਡੀ ਸੀਗੀ ਉਹ ਖਰਾਬ ਹੋ ਚੁੱਕੀ ਸੀਗੀ, ਉਹਦਾ ਇੰਜਨ ਸੀਜ਼ ਹੋ ਗਿਆ ਸੀਗਾ। ਨਿਊਜ਼ੀਲੈਂਡ ਦਾ ਵੈਦਰ ਇੱਕ ਇੱਦਾਂ ਦਾ ਕਿ ਕਦੀ ਵੀ ਮੀਂਹ ਪੈ ਸਕਦਾ ਇੱਥੇ, ਕਦੀ ਵੀ ਧੁੱਪ ਆ ਜਾਂਦੀ, ਕਦੀ ਵੀ ਹਵਾ ਚੱਲਣ ਲੱਗ ਜਾਂਦੀ, ਇਸ ਇੱਦਾਂ ਦਾ ਵੈਦਰ। ਨਿਊਜ਼ੀਲੈਂਡ ਦੇ ਵਿੱਚ ਗੱਡੀ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ। ਬਹੁਤ ਰੀਅਲ ਟਫ ਹੋ ਜਾਂਦਾ ਤੁਹਾਡੇ ਲਈ ਆਪਣੇ ਕੰਮ ਕਾਰ 'ਤੇ ਜਾਣਾ, ਕੰਮ ਤੋਂ ਘਰ ਜਾਣਾ ਬਹੁਤ ਟਫ ਹੋ ਜਾਂਦਾ। ਸੋ ਇੱਥੇ ਲੋਕ ਜ਼ਿਆਦਾ ਗੱਡੀਆਂ ਯੂਜ਼ ਕਰਦੇ ਆ ਉਸ ਟਾਈਮ। ਪੈਸਾ ਨਹੀਂ ਸੀਗਾ, ਸਾਰਾ ਪਿਛਲੀ ਜੋਬ ਜਦੋਂ ਜੋਬ ਲੱਭ ਰਿਹਾ ਸੀਗਾ ਉਹਦੇ ਵਿੱਚ ਸਾਰਾ ਖਤਮ ਹੋ ਗਿਆ। ਗੱਡੀ ਖਰਾਬ ਹੋ ਗਈ, ਜਦੋਂ ਘਰ ਤੋਂ ਰਾਤ ਨੂੰ ਕੰਮ ਤੋਂ ਰਾਤ ਨੂੰ ਆਪਣੇ ਘਰ ਜਾਂਦਾ ਸੀਗਾ ਤਾਂ ਕਈ ਵਾਰ ਮੀਂਹ ਪੈ ਜਾਂਦਾ ਸੀਗਾ, ਮੇਰੀ ਰੋਟੀ ਰੁਟੀ ਸਾਰੀ ਭਿੱਜੀ ਜਾਂਦੀ ਸੀਗੀ। ਉਸੇ ਤਰੀਕੇ ਨਾਲ ਉਹਨੂੰ ਮਾਈਕਰੋ ਕਰਨਾ, ਮਾਈਕਰੋ ਕਰਕੇ ਖਾਣਾ, ਫਿਰ ਖਾ ਕੇ ਸਵੇਰੇ ਸੱਜਰੀ ਫੇਰ ਉੱਠਣਾ। ਬਟ ਉਸ ਟਾਈਮ ਦੇ ਵਿੱਚ ਵੀ ਮੈਂ ਹੌਸਲਾ ਨਹੀਂ ਹਾਰਿਆ, ਉਸ ਔਖੇ ਟਾਈਮ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਇੱਕ ਚੰਗੀ ਨੀਤ ਸੋਚ ਨਾਲ ਅੱਗੇ ਵੱਧਦਾ ਰਿਹਾ ਕਿ ਜੇ ਅੱਜ ਪਰਮਾਤਮਾ ਨੇ ਮੇਰੇ 'ਤੇ ਇਹ ਪੇਪਰ ਪਾਇਆ ਕਠਿਨਾਈਆਂ ਵਾਲਾ ਤਾਂ ਇਹਦੇ ਵਿੱਚੋਂ ਨਿਕਲਣਾ ਵੀ ਮੇਰਾ ਸਭ ਤੋਂ ਮੁੱਢਲਾ ਫਰਜ਼ ਆ। ਸੋ ਔਖਾ ਸਮਾਂ ਪਾਇਆ ਅਤੇ ਔਖੇ ਸਮੇਂ ਦੇ ਵਿੱਚ ਸਬਰ ਕਰਕੇ ਮੈਂ ਅੱਗੇ ਚੱਲਦਾ ਰਿਹਾ ਕਿ ਇੱਕ ਦਿਨ ਚੰਗਾ ਸਮਾਂ ਮੇਰੇ 'ਤੇ ਜ਼ਰੂਰ ਆਊਗਾ। ਫਿਰ ਉਸ ਤੋਂ ਬਾਅਦ ਪੈਸਾ ਸੀਗਾ ਨਹੀਂ, ਮੈਂ ਬੈਂਕਸ ਤੋਂ ਲੋਨ ਲਿੱਤਾ। ਲੋਨ ਲੈਣ ਤੋਂ ਬਾਅਦ ਜਿਹੜਾ ਥੋੜ੍ਹਾ ਬਹੁਤਾ ਲੋਨ ਲਿੱਤਾ ਉਹ ਸਰਵਾਈਵਿੰਗ ਪੈਸੇ ਵਾਸਤੇ ਲਿੱਤਾ ਮੈਂ। ਉਹ ਲੈਣ ਤੋਂ ਬਾਅਦ ਜਦੋਂ ਮੈਂ PR ਲਾਉਣ ਦੇ ਕਾਬਿਲ ਹੋਇਆ ਫਿਰ ਮੇਰੇ ਕੋਲ ਪੈਸਾ ਨਹੀਂ ਸੀਗਾ, ਕਿਉਂਕਿ ਮੈਂ ਆਲਰੇਡੀ ਜਿਹੜਾ ਪੈਸਾ ਸੀਗਾ ਮੇਰਾ ਮੋਸਟਲੀ ਉਹ ਸਾਰਾ ਖਤਮ ਹੋ ਗਿਆ ਸੀਗਾ। ਅਤੇ ਦੂਸਰਾ ਪੈਸਾ ਮੈਂ ਮਤਲਬ ਇੰਨੀ ਕੁ ਮੇਰੀ ਆਈ ਚਲਾਈ ਹੁੰਦੀ ਸੀਗੀ ਕਿ ਮੈਂ ਆਪਣੀ ਗੱਡੀ ਨੂੰ ਜਲਦੀ ਫਿਕਸ ਨਹੀਂ ਕਰਵਾ ਸਕਿਆ, ਨਹੀਂ ਠੀਕ ਕਰਵਾ ਸਕਿਆ। ਅਤੇ ਇੱਦਾਂ ਕਰਦੇ ਕਰਾਉਂਦੇ ਮੈਨੂੰ 6-7-8-9 ਮਹੀਨੇ ਲੱਗ ਗਏ। ਉਸ ਤੋਂ ਬਾਅਦ ਫਿਰ ਮੈਂ ਲੋਨ ਲਿੱਤਾ ਫਿਰ ਦੁਬਾਰਾ PR ਅਪਲਾਈ ਕਰਨ ਲਈ, ਪਰ ਅਨਫੋਰਚੁਨੇਟਲੀ ਉਹ ਜਦੋਂ ਮੈਂ ਲੋਨ ਲਿੱਤਾ ਉਹ ਸਾਰਾ ਪੈਸਾ ਮੈਂ ਲੋਇਰ ਨੂੰ ਦਿੱਤਾ ਅਤੇ ਮੇਰਾ ਜੋ ਕੇਸ ਸੀਗਾ ਰੈਜੀਡੈਂਸੀ ਦਾ ਉਹ ਇੰਨਾ ਕੁ ਮਤਲਬ ਸਰਕਮਸਟਾਂਸਿਸ ਮੇਰੇ ਕੇਸ ਦੇ ਵਿੱਚ ਆ ਗਏ ਸੀਗੇ ਕਿ ਉਹ ਕਾਫੀ ਲੌਂਗ ਚਲਾ ਗਿਆ ਸੀਗਾ। ਇੰਡੀਆ ਵਿੱਚ ਮੇਰੇ ਮਾਂ ਬਾਪ ਵੀ ਤੰਗ ਹੁੰਦੇ ਸੀਗੇ, ਓਬਵੀਅਸਲੀ ਹੈ ਜਦੋਂ ਬੱਚਾ ਆਲਰੇਡੀ 6-7 ਸਾਲ ਹੋ ਗਏ ਹੋਣ ਤੁਹਾਨੂੰ, 6-6.5 ਸਾਲ ਹੋ ਗਏ ਹੋਣ, ਉਸ ਤੋਂ ਬਾਅਦ ਵੀ ਬੱਚੇ ਨੂੰ ਸਕਸੈਸ ਨਹੀਂ ਮਿਲੀ ਅਤੇ ਨਾ ਹੀ ਟਕਾ ਜੋੜਿਆ, ਉਹ ਤੋਂ ਬਾਅਦ ਮਾਂ ਬਾਪ ਲੈਦੇ ਮਤਲਬ ਡਿਫਰੈਂਟ ਤੰਗ ਹੁੰਦੇ ਸੀਗੇ, ਮੈਂ ਇੱਥੇ ਡਿਫਰੈਂਟ ਹੁੰਦਾ ਸੀਗਾ। ਮੈਂ ਮੈਂਟਲੀ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਸੀਗੀਆਂ ਮੈਂ ਆਪਣੇ ਮਾਂ ਬਾਪਾਂ ਨੂੰ ਨਹੀਂ ਦੱਸਦਾ ਸੀਗਾ, ਬਟ ਮੈਂ ਆਪ ਸਹਾਰਦਾ ਸੀਗਾ, ਆਪਣੇ ਕੋਲ ਰੱਖਦਾ ਸੀਗਾ। ਉਹ ਟਾਈਮ ਦੇ ਵਿੱਚ ਜਦੋਂ ਤੁਹਾਡੇ 'ਤੇ ਔਖਾ ਟਾਈਮ ਆਉਂਦਾ ਉਸ ਟਾਈਮ ਦੇ ਵਿੱਚ ਤੁਹਾਡਾ ਕੋਈ ਵੀ ਸਾਥ ਨਹੀਂ ਆਉਂਦਾ ਐਕਸੈਪਟ ਉਸ ਅਕਾਲ ਪੁਰਖ ਦੇ, ਚਮਤਕਾਰ ਨਾਲੇ ਬਹੁਤ ਹੁੰਦੇ ਆ। ਔਖੇ ਔਖੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਉਸ ਕਠਿਨਾਈਆਂ 'ਚੋਂ ਕੱਢਿਆ, ਕੱਢਣ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਦੇ ਸਦਕਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਦਕਾ ਮੈਨੂੰ ਮੇਰੀ ਜਿਹੜੀ PR ਰੈਜ਼ੀਡੈਂਸੀ ਹੈ ਇੱਥੇ ਦੀ ਮਿਲ ਗਈ। ਅੱਜ ਜੋ ਮੈਂ ਆਪਣੀ ਇੱਥੇ ਲਾਈਫ ਜੀ ਰਿਹਾ ਬਹੁਤ ਨਿਮਾਣੇ ਤਰੀਕੇ ਨਾਲ, ਇੱਕ ਸਬਰ ਹੈ ਮਨ ਦੇ ਵਿੱਚ ਕਿ ਪਰਮਾਤਮਾ ਜੇ ਤਾਂ ਮੈਨੂੰ ਔਖੇ ਟਾਈਮ ਦੇ ਵਿੱਚੋਂ ਕੱਢਿਆ ਤਾਂ ਅੱਜ ਮੈਂ ਚੰਗਾ ਮਾੜਾ ਜਾਂ ਕੱਲ੍ਹ ਕੋਈ ਬੰਦਾ ਮੇਰੇ ਕੋਲ ਹੈਲਪ ਲੈਣ ਲਈ ਆਊਗਾ ਤਾਂ ਮੈਂ ਉਹਨੂੰ ਦੁਦਕਾਰੂੰਗਾ ਨਹੀਂ, ਉਹਦੀ ਗੱਲ ਸੁਣੂੰਗਾ, ਗੱਲ ਸੁਣਨ ਤੋਂ ਬਾਅਦ ਉਹਨੂੰ ਸਮਝੂੰਗਾ, ਉਹਦੀ ਹੈਲਪ ਕਰੂੰਗਾ ਜਿੱਥੇ ਤੱਕ ਮੇਰੀ ਔਕਾਤ ਹੈ। ਸਾਡੀ ਤਾਂ ਚਲੋ ਕਿਸੇ ਨੇ ਨਹੀਂ ਕਰੀ, ਸਾਨੂੰ ਤਾਂ ਜਿੰਨੇ ਵੀ ਮਿਲੇ ਮੈਨੂੰ ਤਾਂ ਰਗੜਨੇ ਵਾਲੇ ਮਿਲੇ ਐਨ ਚੰਗੇ ਤਰੀਕੇ ਨਾਲ ਰਗੜਿਆ, ਪਰ ਅੱਜ
जे मैं प्राउडली ये गल थोड़े तक शेयर कर रहा तो उहदे विच इक ही है, जे मैं अकाल पुरख के उत्ते विश्वास करिया, जे मैं अपने माँ बाप की दित्ती सिक्ख्या का सही इस्तेमाल करिया, जे मैं अपने आप नूं भटकाया नहीं, अपना दृढ़ निश्चय रखिया कि हाँ मैं उस मंजिल नूं छूना है, मैं उस मंजिल नूं पाउणा है, तां मैं अज पा के उस चीज़ नूं बैठा है। बेशक कठिनाइयां आईयां मेरी लाइफ दे विच, पर उहदा जिहड़ा रिजल्ट है अज बहुत मिठा है। ਇਹ ਜਿਹੜਾ ਰਿਜ਼ਲਟ ਹੈ ਜਾਂ ਇਹ ਜੋ ਮੈਂ ਪੀ ਆਰ ਪਾਈ ਹੈ, ਇਹਦਾ ਜੋ ਪ੍ਰਾਊਡਲੀ ਮੈਂ ਇਹ ਗੱਲ ਕਹਿ ਸਕਦਾ, ਆਪਣੀ ਮਿਹਨਤ ਦੇ ਦਮ 'ਤੇ ਮੈਂ ਇਸ ਚੀਜ਼ ਨੂੰ ਪਾਇਆ ਹੈ। ਅਤੇ ਇਸ ਮਿਹਨਤ ਦਾ ਜਿਹੜਾ ਸਰੂਰ ਹੈ ਮੈਨੂੰ ਉਹ ਰਹਿੰਦੀ ਦੁਨੀਆ ਤੱਕ ਰਹੂਗਾ ਜਦ ਤੱਕ ਮੈਂ ਹੈਗਾ। ਇਹ ਚੀਜ਼ ਮੈਂ ਤੁਹਾਡੇ ਤੱਕ ਤਾਂ ਸ਼ੇਅਰ ਕਰੀ ਹੈ ਕਿ ਤੁਸੀਂ ਵੀ ਮੇਰੀ ਪਾਰਟ ਆਫ ਫੈਮਿਲੀ ਹੈ ਅੱਜ ਤੋਂ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਗਰ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਤਾਂ ਮੇਰੇ ਚੰਦ ਕੁ ਲਫ਼ਜ਼ ਇਹ ਕਿਸੇ ਨੂੰ ਉਹਦੇ ਮਾਰਗ 'ਤੇ ਲਿਜਾ ਸਕਦੇ ਨੇ, ਉਹਨੂੰ ਹਿੰਮਤ ਮਿਹਨਤ ਕਰਨ ਦਾ ਜਜ਼ਬਾ ਦੇ ਸਕਦੇ ਨੇ। ਸੋ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਇਹ ਚੰਗੀ ਲੱਗੀ ਹੋਊਗੀ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਇਹ ਜਿਹੜੀ ਵੀਡੀਓਜ਼ ਆ ਸਾਡੀਆਂ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕਣ, ਇੱਕ ਚੰਗਾ ਮੈਸੇਜ ਸਮਾਜ ਦੇ ਵਿੱਚ ਪੈਦਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।